ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਵੱਲੋਂ ਨਿੱਜੀ ਤੌਰ ਤੇ 2 ਲੱਖ ਰੁਪਏ ਦੀ ਗ੍ਰਾਂਟ ਸਰਕਾਰੀ ਮਾਡਲ ਹਾਈ ਸਕੂਲ ਨੂੰ ਦਿੱਤੀ ਗਈ ਸੀ, ਜਿਸ ਨਾਲ ਸਕੂਲ ਵਿਖੇ ਨਰਸਰੀ ਦੇ ਬੱਚਿਆਂ ਲਈ ਸਮਾਰਟ ਕਲਾਸਰੂਮ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਦਾ ਰਸਮੀ ਉਦਘਾਟਨ ਪ੍ਰਧਾਨ ਰਜਨੀਸ਼ ਮਿੱਤਲ ਵੱਲੋਂ ਕੀਤਾ ਗਿਆ। ਇਹ ਸਕੂਲ ਪੰਜਾਬ ਦਾ ਪਹਿਲਾ ਅਜਿਹਾ ਸਰਕਾਰੀ ਸਕੂਲ ਹੈ ਜਿੱਥੇ ਨਰਸਰੀ, ਸਮਾਰਟ ਕਲਾਸਰੂਮ ਜੋ ਆਧੁਨਿਕ ਸੁਵਿਧਾਵਾਂ ਜਿਵੇਂ ਵਾਟਰ ਕੂਲਰ, LED ਤੇ ਏਅਰ ਕੰਡੀਸ਼ਨਰ ਨਾਲ ਲੈਸ ਹੈ। ਸਰਕਾਰੀ ਸਕੂਲ ਦੇ ਸਮਾਰਟ ਕਲਾਸਰੂਮ ਵਿੱਚ ਹੁਣ ਬੱਚੇ ਬੇਹੱਦ ਗਰਮ ਮੌਸਮ ਵਿੱਚ AC ਦੀ ਠੰਡੀ ਹਵਾ ਦਾ ਆਨੰਦ ਲੈਂਦੇ ਹੋਏ LED ਰਾਹੀਂ ਆਧੁਨਿਕ ਢੰਗ ਨਾਲ ਪੜ੍ਹਨਗੇ। ਮੈਂ ਇੱਥੇ ਦਾ ਪੁਰਾਣਾ ਸਟੂਡੈਂਟ ਵੀ ਰਿਹਾ, ਮੈਂ ਆਪਣੀ ਸਾਰੀ ਪੜ੍ਹਾਈ ਇੱਥੇ ਕੀਤੀ ਮਿਡਲ ਤੱਕ। ਇਹ ਇੱਕ ਬਹੁਤ ਵਧੀਆ ਸਕੂਲ ਹੈ ਅਤੇ ਮੈਨੂੰ ਲੱਗਦਾ ਇੱਥੇ ਸਕੂਲ ਦੇ ਪੜ੍ਹੇ ਹੋਏ ਬੱਚੇ ਕੋਈ ਅਮੈਰੀਕਾ, ਕੋਈ ਇੰਗਲੈਂਡ ਹੈ, ਕੋਈ ਬਹੁਤ ਬਹੁਤ ਉੱਚ ਅਹੁਦਿਆਂ ਉੱਪਰ ਬੈਠੇ ਨੇ। ਸਾਰਾ ਸਕੂਲ ਸ਼ੁਰੂ ਦੇ ਸਟਾਫ ਮਿਹਨਤੀ ਰਿਹਾ, ਹੁਣ ਵੀ ਇੱਥੇ ਦੇ ਪ੍ਰਿੰਸੀਪਲ ਸਾਹਿਬਾਨ ਰਜਿੰਦਰ ਸਿੰਘ ਜੀ, ਨਾਮਧਾਰੀ ਜੀ ਬਹੁਤ ਮਿਹਨਤ ਕਰ ਰਹੇ ਨੇ ਸਕੂਲ ਨੂੰ ਉੱਪਰ ਲਿਜਾਣ ਵਾਸਤੇ। ਅੱਜ ਅਸੀਂ ਰੋਟਰੀ ਕਲੱਬ ਦੇ ਸਹਿਯੋਗ ਨਾਲ ਆਪਣੇ ਇੱਥੇ ਇੱਕ ਸਮਾਰਟ ਕਲਾਸ ਦਾ ਉਦਘਾਟਨ ਕੀਤਾ, ਜੋ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਮੈਨੂੰ ਲੱਗਦਾ ਅੱਛੇ ਅੱਛੇ ਸਕੂਲਾਂ 'ਚ ਅਸੀਂ ਦੇਖਾਂਗੇ ਕਿ AC ਵਗੈਰਾ ਨਰਸਰੀ ਦੇ ਬੱਚਿਆਂ ਵਾਸਤੇ ਮੁਹੱਈਆ ਨਹੀਂ ਹੈਗਾ, ਜੋ ਅੱਜ ਸਰਕਾਰੀ ਸਕੂਲ ਦੇ ਵਿੱਚ ਮੁਹੱਈਆ। ਨਾਲ ਹੀ ਟੈਲੀਵਿਜ਼ਨ ਬਹੁਤ ਵਧੀਆ ਕਲਾਸ ਹੈ, ਤੁਸੀਂ ਦੇਖਿਆ ਹੀ ਹੈ। ਨਾਲ ਹੀ ਇੱਥੇ ਅਸੀਂ ਇੱਕ ਰੋਟਰੀ ਕਲੱਬ ਵੱਲੋਂ ਸਾਡੇ ਗਵਰਨਰ ਸਾਹਿਬ ਦੇ ਗ੍ਰਾਂਟ ਹੈ, ਉਹਦੇ ਵੱਲੋਂ ਇੱਕ ਵਾਟਰ ਕੂਲਰ ਦਾ ਵੀ ਉਦਘਾਟਨ ਕੀਤਾ ਹੈ। ਮੈਂ ਅੱਜ ਆਪਣੇ ਵੱਲੋਂ ਅਤੇ ਸਾਰੇ ਰੋਟਰੀ ਕਲੱਬ ਵੱਲੋਂ ਸਕੂਲ ਸਟਾਫ ਨੂੰ ਲੱਖ ਲੱਖ ਵਧਾਈ। ਸਰਕਾਰੀ ਸਕੂਲਾਂ ਦੇ ਵਿੱਚੋਂ ਮੇਰੇ ਮੁਤਾਬਕ ਪੰਜਾਬ ਦੇ ਵਿੱਚ ਇਹ ਪਹਿਲਾ ਸਕੂਲ ਹੈ ਜਿੱਥੇ ਸਮਾਰਟ ਕਲਾਸ ਚਲਾਈ ਗਈ ਹੈ। ਲੋਟਰੀ ਭਵਨ ਦੇ ਸਹਿਯੋਗ ਨਾਲ ਸਾਨੂੰ ਬਹੁਤ ਹੀ 4 ਲੱਖ ਦੀ ਸਹਾਇਤਾ ਦਿੱਤੀ ਗਈ, ਮਾਈਕ ਸਹਾਇਤਾ, ਜਿਸ ਦੇ ਵਿੱਚ ਇਹਨਾਂ ਨੇ ਬੱਚਿਆਂ, ਛੋਟੇ ਬੱਚਿਆਂ ਲਈ AC ਵੀ ਲਵਾਇਆ ਗਿਆ ਅਤੇ LED ਲਵਾਈ ਗਈ ਹੈ, ਤਾਂ ਕਿ ਅਸੀਂ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਇਹ ਸਰਕਾਰੀ ਬੱਚਿਆਂ ਨੂੰ ਪੂਰੀ ਸਹੂਲਤ ਦੇ ਕੇ ਪੜ੍ਹਾਇਆ ਜਾ ਸਕੇ, ਤਾਂ ਕਿ ਜਿਹੜੇ ਮਾਂ ਬਾਪ ਕਹਿੰਦੇ ਨੇ ਕਿ ਸਰਕਾਰੀ ਸਕੂਲ ਪਿੱਛੇ ਨੇ, ਉਸੇ ਤਰ੍ਹਾਂ ਅਸੀਂ ਪ੍ਰਾਈਵੇਟ ਸਕੂਲਾਂ ਮੰਗ ਇਹਨੂੰ ਅੱਗੇ ਲੈ ਕੇ ਆਈਏ। ਇਸ ਸਾਲ ਸਾਡੇ ਸਕੂਲ ਦਾ ਰਾਹੁਲ ਚੋਪੜਾ, ਜੋ ਕਿ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ, ਪੰਜਾਬ ਦੇ ਵਿੱਚ ਪਹਿਲੇ ਨੰਬਰ 'ਤੇ ਆਇਆ। ਆਈ ਮੈਂ ਵੀ ਇਸ ਸਕੂਲ ਦਾ ਪੁਰਾਣਾ ਸਟੂਡੈਂਟ ਹਾਂ, 78 'ਚ ਮੈਂ ਇੱਥੋਂ ਮੈਟ੍ਰਿਕ ਪਾਸ ਕੀਤੀ। ਸਾਡੇ ਪ੍ਰਧਾਨ ਰਜੀਸ਼ ਮਿੱਤਲ ਜੀ ਵੀ ਇੱਥੋਂ ਦੇ ਬਹੁਤ ਸਟੂਡੈਂਟ ਹੈ, ਇਹ ਰੋਟਰੀ ਕਲੱਬ ਦੇ ਵੱਲੋਂ ਅਤੇ ਹੋਰ ਸਟੂਡੈਂਟ ਦੇ ਵੱਲੋਂ ਇਕੱਠੇ ਹੋ ਕੇ ਇੱਕ ਐਸਾ ਪ੍ਰੋਜੈਕਟ ਦਿਖਾਇਆ ਗਿਆ ਸ਼ਹਿਰ ਦੇ ਵਿੱਚ ਕਿ ਜਿਹੜੇ ਸਕੂਲ ਦੇ ਵਿੱਚ ਕੋਈ ਫੀਸ ਨਹੀਂ ਲੱਗਦੀ ਬੱਚੇ ਪੜ੍ਹਨ ਦੀ, ਉਹ ਸਕੂਲ ਦੇ ਬੱਚਿਆਂ ਨੂੰ ਵੀ ਜਿੱਥੇ 2025 ਦੇ ਕੇ ਬੱਚੇ ਹੀ ਮਹੀਨੇ ਦੀ ਪੜ੍ਹ ਰਹੇ ਨੇ, ਉਹ ਜਿਹਾ ਮਾਹੌਲ, ਉਹ ਜਿਹਾ ਜਿਹੜਾ ਇਨਫਰਾਸਟ੍ਰਕਚਰ ਬਣਾ ਕੇ ਦਿੱਤਾ ਗਿਆ। ਇਹ ਇੱਕ ਰੋਟਰੀ ਕਲੱਬ ਦਾ ਛੋਟਾ ਜਿਹਾ ਉਪਰਾਲਾ ਹੈ ਅਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਜਿਹੜੇ ਨੀਡੀ ਸਕੂਲਸ ਹੈ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ਚਲਾਏ ਜਾਣ, ਤਾਂ ਕਿ ਹਰ ਵਿਅਕਤੀ ਨੂੰ ਜਿਹੜਾ ਬੇਸਿਕ ਵਿੱਦਿਆ ਦਾ ਦਾਨ ਹੈ ਜਿੱਥੇ ਸਰਕਾਰ ਫ੍ਰੀ ਦੇ ਰਹੀ ਹੈ ਉਹ ਮਿਲ ਸਕੇ।